ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਆਪਣੇ ਨਿਵਾਸ ਸਥਾਨ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਏ ਉੱਥੇ ਬੈਠੇ ਹੁੰਦੇ ਹਨ। ਉਹਨਾਂ ਦੀ ਪਤਨੀ ਮਨਸਾ ਦੇਵੀ ਉਹਨਾਂ ਦੇ ਕੋਲ ਆਉਂਦੀ ਹੈ ਤਾਂ ਉਹ ਭਾਈ ਜੇਠਾ ਜੀ ਨੂੰ ਦੇਖਦੀ ਹੈ। ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸੀ। ਭਾਈ ਜੇਠਾ ਜੀ ਖੂਹ ਤੇ ਬੈਠੇ ਸੰਗਤਾਂ ਨੂੰ ਜਲ ਵਰਤਾ ਰਹੇ ਹੁੰਦੇ ਹਨ ਤਾਂ ਮਾਤਾ ਜੀ ਗੁਰੂ ਜੀ ਨੂੰ ਕਹਿੰਦੇ ਆਪਣੀ ਧੀ ਬਾਨੀ ਵਰਨ ਯੋਗ ਹੋ ਗਈ ਹੈ, ਭਾਵ ਵਿਆਹ ਯੋਗ, ਉਸ ਦੇ ਲਈ ਭਾਈ ਜੇਠੇ ਵਰਗਾ ਕੋਈ ਯੋਗ ਵਰ ਲੱਭੀਏ। ਭਾਈ ਜੇਠਾ ਜੀ ਬਹੁਤ ਸੇਵਾ ਭਾਵਨਾ ਤੇ ਕਿਰਤ ਕਰਨ ਵਾਲੇ ਨੇ ਤਾਂ ਗੁਰੂ ਅਮਰਦਾਸ ਜੀ ਇਸ ਦੇ ਜਵਾਬ ਵਿੱਚ ਕਹਿੰਦੇ ਹਨ ਜੇਠੇ ਵਰਗਾ ਤੇ ਕੋਈ ਹੋਰ ਨਹੀਂ ਅਤੇ ਨਾ ਹੀ ਹੋ ਸਕਦਾ ਹੈ। ਇਸ ਤੋਂ ਬਾਅਦ ਭਾਈ ਜੇਠਾ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਬਾਨੀ ਜੀ ਦੇ ਨਾਲ 18 ਫਰਵਰੀ 1553 ਵਿੱਚ ਹੋਇਆ। ਬਾਅਦ ਵਿੱਚ ਗੁਰਤਾ ਗੱਦੀ ਮਿਲਣ ਤੋਂ ਬਾਅਦ ਭਾਈ ਜੇਠਾ ਜੀ ਦਾ ਨਾਮ ਗੁਰੂ ਰਾਮਦਾਸ ਸਾਹਿਬ ਜੀ ਹੋ ਗਿਆ।